ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੋਂ ਕੁਛ ਦਿਨ ਪਹਿਲਾਂ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਆ ਵੀਡੀਓਸ ਆਈਆਂ ਜਿਸ ਵਿੱਚ ਬੜੀ ਗਲਤ ਭਾਸ਼ਾ ਬੋਲੀ ਗਈ ਜਿਹੜੇ ਸਾਡੇ ਨੌਜਵਾਨ ਸਾਡੇ ਵੀਰ ਜਿਹੜੇ ਘਰਚ ਦੇ ਉੱਤੇ ਬੈਠੇ ਸੀ ਜਾਂ ਉਂਗਲ ਕਰਕੇ ਬੋਲੇ ਆ ਸਾਡੇ ਧਰਮ ਦੇ ਉੱਤੇ ਤੇ ਹਮੇਸ਼ਾ ਬਹੁਤ ਵਾਰੀ ਇਦਾਂ ਦੇ ਲੋਕ ਉੱਠਦੇ ਆ ਪਰ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਦਾ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਅੱਜ ਇੱਕ ਨੇਕੀ ਦਾ ਭਗਤ ਵੀ ਇੱਥੇ ਉਹਦੀ ਗੱਲ ਕਰਾਂਗੇ ਉਸ ਨੇਕੀ ਦੇ ਭਗਤ ਦੀ ਸਾਰੀ ਗੱਲ ਕਰਾਂਗੇ ਅੱਜ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖਦੇ ਹੋਏ ਅੱਜ ਇੱਕ ਪੋਸਟ ਪਾਈ ਸੀ ਜਦੋਂ ਪੋਸਟ ਪਾਈ ਆ ਨੇਕੀ ਦੇ ਭਗਤ ਦੀ ਪੋਸਟ ਪਾਈ ਆ ਨੇਕੀ ਦੀ ਪਾਈ ਆ ਤੇ ਬੜੇ ਕਿਉਂਕਿ ਉਹਦਾ ਸੋਧਾ ਲੱਗਾ ਤੇ ਲੱਗਿਆ ਬਹੁਤ ਜ਼ਰੂਰੀ ਸੀ ਕਈ ਕਹਿੰਦੇ ਆ ਨਾ ਫਲਾਣੇ ਨੂੰ ਨਾ ਵਾਰ ਤੋਂ ਉਹ ਸਾਡਾ ਭਰਾ ਆ ਫਲਾਣਾ ਆ ਜਦ ਤੁਸੀਂ ਉਸ ਬੰਦੇ ਦੀ ਕੋੜੀ ਇਨਸਾਨ ਦੀ ਤੁਸੀਂ ਸਪੋਰਟ ਕਰਦੇ ਆ ਜਿਹੜਾ ਬੰਦਾ ਮੈਂ ਨਾ ਤੇ ਤੇਰੀ ਫੈਮਿਲੀ ਤੇ ਜਾਣਾ ਆ ਨਾ ਤੇਰੇ ਪਰਿਵਾਰ ਤੇ ਜਾਣਾ ਪਰਿਵਾਰ ਤੇ ਤਾਂ ਫੈਮਿਲੀ ਤੇ ਉਹ ਇਨਸਾਨ ਜਾਂਦਾ ਆ ਜਿਹਦੇ ਹੱਕ ਵਿੱਚ ਦਮ ਨਾ ਹੋਵੇ ਹਮੇਸ਼ਾ ਚੁੱਪ ਕਰਕੇ ਜਰੀਆਂ ਆ ਤੇ ਚੁੱਪ ਕਰਕੇ ਰਹੇ ਆ ਤੇਰੀਆਂ ਗੱਲਾਂ ਦੇ ਜਵਾਬ ਨਹੀਂ ਦਿੱਤੇ ਉਹ ਇਸ ਕਰਕੇ ਕਿਉਂਕਿ ਜ਼ਰੂਰੀ ਨਹੀਂ ਸਮਝਿਆ ਪੱਜ ਅੱਜ ਤੂੰ ਰੁੱਖ ਦੁੱਖ ਦੀ ਰਗ ਤੇ ਹੱਥ ਰੱਖਦਾ ਤੂੰ ਕਹਿੰਦਾ ਆ ਬਹੁਤ ਵੱਡਾ ਬਣਿਆ ਫਿਰਦਾ ਵਾਂ ਤੇਰੇ ਤੇ ਅਸਟਰੀਆ ਦੇ ਵਿੱਚ ਤੇਰਾ ਸੋਦਾ ਲਾ ਦੇਣਾ ਕਿਸੇ ਨਾ ਕਿਸੇ ਨੇ ਜੇ ਪੇ ਦਾ ਪੋਤੇ ਆ ਤਾਂ ਇੱਥੇ ਆ ਜਾ ਠੀਕ ਆ ਵੱਡਾ ਨੇਕੀ ਦਾ ਚੇਲਾ ਬਣਿਆ ਫਿਰਦਾ ਤੇਰੇ ਅੰਕਲ ਦਾ ਤੇਰੇ ਚਾਚੇ ਦਾ ਸੋਧਾ ਲੱਗਾ ਕਿ ਨਹੀਂ ਲੱਗਾ ਵੱਡਾ ਬਣਾ ਬਣਾ ਪਾਉਣਾ ਫਿਰਦਾ ਵੀਡੀਓ ਤੂੰ ਹੈ ਮੈਂ ਕਿਸੇ ਖਿਲਾਫ ਅੱਜ ਤਾਈਂ ਵੀਡੀਓ ਨਹੀਂ ਪਾਈ ਨਾ ਕਿਸੇ ਨੂੰ ਮੈਂ ਗਲਤ ਬੋਲਿਆ ਨੈਟ ਦੇ ਉੱਤੇ ਹਮੇਸ਼ਾ ਮੇਰੀਆਂ ਵੀਡੀਓ ਸੇਵਾ ਦੀਆਂ ਹੁੰਦੀਆਂ ਜਾਂ ਆਪਣੇ ਮਨ ਦੀਆਂ ਆਉਂਦੀਆਂ ਮਨ ਦੀ ਖੁਸ਼ੀ ਦੀਆਂ ਹੁੰਦੀਆਂ ਮੇਰਾ ਦਿਲ ਕਰਦਾ ਜੋ ਮਰਜੀ ਕਰਾਂ ਪਰ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਕਿਸੇ ਨੂੰ ਗਲਤ ਨਹੀਂ ਬੋਲਦਾ ਕਿਸੇ ਦੇ ਉੱਤੇ ਭਦਰ ਭਾਸ਼ਾ ਨਹੀਂ ਬੋਲਦਾ ਪਰ ਕੁਝ ਲੋਕ ਆ ਜਿਹੜੇ ਨੇਕੀ ਦੇ ਚਮਚੇ ਆ ਜਿਨ੍ਹਾਂ ਨੂੰ ਦੁੱਖ ਲੱਗਾ ਕਿ ਨੇਕੀ ਦੇ ਛੱਤਰ ਪਏ ਆ ਤੁਹਾਡੇ ਉਸਤਾਦ ਦੇ ਛੱਤਰ ਪਏ ਆ ਆਸਟਰੀਆ ਦੇ ਵਿੱਚ ਵਿਆਨਾ ਜਿਹਾ ਰਹਿੰਦਾ ਬਾਂਦਰ ਜ ਆ ਕਈਆਂ ਨੇ ਪੁੱਛਿਆ ਭਾਜੀ ਤੁਸੀਂ ਕਿਦਾਂ ਕਹਦੇ ਹੋ ਮੈਂ ਨੇਕੀ ਦੇ ਚੇਲੇ ਪ੍ਰੂਫ ਆ ਮੇਰੇ ਕੋ ਹੈ ਵੱਡਾ ਬਣਿਆ ਫਿਰਦਾ ਮੇਰੀਆਂ ਟਿਕਟੌਕ ਬਣਾ ਕੇ ਪਾਉਂਦਾ ਉਹ ਮੈਂ ਨਹੀਂ ਤੇਤੋ ਡਰਦਾ ਜਾਂ ਮੈਂ ਸਿਰੇ ਦਾ ਗਲਤ ਬੰਦਾ ਸੀਗਾ ਮੈਂ ਸੀਗਾ ਗਲਤ ਬੰਦਾ ਸੀਗਾ ਮੈਨੂੰ ਡਰਦਾ ਤੂੰ ਕੀ ਕਰ ਲੂਗਾ ਇੱਥੇ ਨਹੀਂ ਡਰਦੇ ਕਿਸੇ ਤੋਂ ਅਹੀਂ ਨਹੀਂ ਕਿਸੇ ਤੋਂ ਡਰਦੇ ਤੂੰ ਜੋ ਜਿੱਥੇ ਤੱਕ ਜੋ ਕਰਨਾ ਤੂੰ ਕਰ ਲਈ ਜਿੱਥੇ ਤੱਕ ਜਾਣਾ ਚੱਲ ਜੀ ਠੀਕ ਆ ਮਾਪਿਆਂ ਤੱਕ ਜਾ ਪਰਿਵਾਰ ਤੱਕ ਜਾ ਜਿੱਥੇ ਤੱਕ ਜਾਣਾ ਜਾ ਜੋ ਪਛੋਕੜ ਫਰੋਲਣਾ ਫਰੋਲਾ ਮੈਨੂੰ ਕਿਸੇ ਦਾ ਡਰ ਨਹੀਂ ਨਾ ਮੈਨੂੰ ਤੇਰਾ ਡਰ ਆ ਉਹ ਨੇਕੀ ਦੇਆ ਚੇਲਿਆ ਉਹ ਨੇਕੀ ਦੇ ਬਾਂਦਰਾ ਨੇਕੀ ਦਾ ਚਮਚਾ ਆ ਵੀਡੀਓ ਦੱਬ ਕੇ ਸ਼ੇਅਰ ਕਰੋ ਇਹਨੂੰ ਇਹਨੂੰ ਪਹਚਾਓ ਇਸਟਰੀਆ ਤੱਕ ਆ ਇਸਟਰੀਆ ਵਾਲਿਆਂ ਨੂੰ ਦੱਸਦਾ ਵਾਂ ਬਾਂਦਰ ਦੀ ਕੁਤੂਤ ਆ ਤੁਸੀਂ ਦੇਖੋ ਆ ਕੀ ਆ ਤੁਹਾਡੇ ਆ ਇੱਥੇ ਇਸਟਰੀਆ ਇਸਟਰੀਆ ਦੇ ਵਿੱਚ ਇਦਾਂ ਦਾ ਬਾਂਦਰ ਰਹਿੰਦਾ ਆ ਇਸਟਰੀਆ 'ਚ ਰਹਿੰਦਾ ਆ ਇਦਾਂ ਇਦਾਂ ਦੇ ਜਿਹੜਾ ਜਿਹਦਾ ਜਿਹਦਾ ਗੁਰੂ ਜਿਹੜਾ ਵਾ ਉਹ ਜਿਹਨੂੰ ਮੰਨਣ ਡਿਆ ਉਹ ਆਪਦੇ ਨੂੰ ਜਿਹੜੇ ਚਾਚੇ ਨੂੰ ਉਹ ਮੰਨਦਾ ਆ ਆ ਦੇ ਆ ਦੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਦੋਰ ਫੜੇ ਮੂੰਹ ਜਿਹੜਾ ਸਾਡਾ ਆ ਆ ਕੀ ਨਾ ਇਹਦਾ ਖਿੰਦਾ ਸੁਖਪਾਲ ਸਿੰਘ ਖਿੰਦਾ ਸੁਖਪਾਲ ਸਿੰਘ ਆ ਤੇਰੀ ਔਕਾਤ ਆ ਤੇਰੀ ਔਕਾਤ ਆ ਆ ਤੇਰੀ ਔਕਾਤ ਆ ਆ ਤੇਰੀ ਔਕਾਤ ਆ ਆ ਤੇਰੀ ਔਕਾਤ ਆ ਹੈ ਆ ਤੇਰੀ ਔਕਾਤ ਹੈ ਤੇਰੀ ਹੈ ਕੀ ਕੀ ਆ ਕੀ ਆ ਕਿਸਾਨਾਂ ਦੇ ਧਰਨੇ ਨੂੰ ਤੂੰ ਕੀ ਸਮਝਦਾ ਆ ਮੈਂ ਤਾਂ ਸਟਰੀਆ ਵਾਲਿਆਂ ਨੂੰ ਕਹੂੰਗਾ ਯਾਰ ਤੂੰ ਇਹ ਸ਼ਰਮ ਕਰਦਾ ਆ ਸ਼ਰਮ ਵਾਲੀ ਗੱਲ ਆ ਆ ਬੰਦਾ ਸਟਰੀਆ ਦੇ ਵਿੱਚ ਆ ਖਿੰਦਾ ਸੁਖਪਾਲ ਸਿੰਘ ਖਿੰਦਾ ਸੁਖਪਾਲ ਸਿੰਘ ਸ਼ਰਮ ਵਾਲੀ ਗੱਲ ਆ ਇਦਾਂ ਦਾ ਬੰਦਾ ਕੋੜੀ ਕੋੜੀ ਇਨਸਾਨ ਸਟਰੀਆ ਦੇ ਵਿੱਚ ਰਹਿੰਦਾ ਮੇਰੇ ਪਰਿਵਾਰ ਤੱਕ ਜਾਣਾ ਮੇਰੀ ਮਾਂ ਤੱਕ ਜਾਣਾ ਜਾ ਮੈਂ ਡਰਦਾ ਨਹੀਂ ਤੇਤੋਂ ਜਾ ਮੈਂ ਸਭ ਕੁਝ ਕੀਤਾ ਦੱਸ ਜੇ ਉਹ ਦੱਸਣਾ ਹੈ ਮੈਂ ਅੱਜ ਦੇ ਦਿਨ ਤੇ ਜੋ ਪ੍ਰਾਈਡ ਆ ਉਹ ਆ ਮੈਨੂੰ ਪਹਿਲੀ ਜ਼ਿੰਦਗੀ ਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਤੇਤੋ ਡਰਦਾ ਨਹੀਂ ਮੈਂ ਕਿਸੇ ਤੋਂ ਡਰਦਾ ਨਹੀਂ ਮਾਂ ਮਹਾਰਾਜ ਤੋਂ ਡਰਦਾ ਸਿਰਫ ਤੇਰੇ ਵਰਗੇ ਭੌਂਕੜਿਆਂ ਤੋਂ ਮੈਂ ਕਿਸੇਆ ਤੋਂ ਡਰਦਾ ਨੇਕੀ ਦੇ ਪੈਗ ਨਹੀਂ ਛਤਰ ਤੇਰੇ ਭੌਂਕੜੇ ਦੇ ਕਿਦਾਂ ਕਦਾ ਤੂੰ ਤੂੰ ਬੰਦਾ ਆ ਤੂੰ ਮੈਨੂੰ ਪਹਿਲਾਂ ਦੱਸ ਸੁਖਪਾਲ ਖਿੰਦਾ ਆ ਆ ਆ ਵੀਡੀਓ ਦੇਖ ਆ ਆ ਮੈਂ ਮੈਂ ਕਹਿਣ ਨੂੰ ਕਹਿ ਸਕਦਾ ਤੇਰਾ ਡੈਡੀ ਪਰ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਕਿਉਂ ਕਿਉਂਕਿ ਅਸੀਂ ਮਾਪਿਆਂ ਤੱਕ ਇਨਸਲਟ ਨਹੀਂ ਕਰੀਦੀ ਤੇਰੇ ਅੰਗੂਨੀ ਗਲਤ ਬੋਲੀ ਦਾ ਜਦੋਂ 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 ਦਿਲ ਕਰੇ ਉਦੋਂ ਉਦੋਂ ਗਲਤ ਬੋਲਣ ਲੱਪੋ ਠੀਕ ਹੈ ਹੈ ਆ ਆ ਆ ਕੀ ਲਿਖਦਾ ਵਾਂ ਖਿੰਦਾ ਖਿੰਦਾ ਸੁਖਪਾਲ ਆ ਦੇਖੋ ਇਹਦੀ ਮੈਂ ਆਈਡੀ ਉੱਤੇ ਇਹਦਾ ਲਿੰਕ ਮੈਂਸ਼ਨ ਕਰੂੰਗਾ ਦਾ ਰੇਲ ਬਣਾਓ ਇਹਦੀ ਸਾਰੇ ਦੀ ਇਹ ਬਣਿਆ ਕੀ ਫਿਰਦਾ ਉੱਥੇ ਕਦੇ ਤੂੰ ਕਦੇ ਤੂੰ ਬੋਲਦਾ ਉਹ ਕੁੜੀ ਦੇ ਵਿਚਾਰੀ ਦੇ ਐਮਕੇ ਦੇ ਖਿਲਾਫ ਬੋਲਦਾ ਹੈ ਕਦੇ ਤੂੰ ਫਲਾਣੇ ਦੇ ਖਿਲਾਫ ਬੋਲਦਾ ਕਦੇ ਤੂੰ ਚਮਕੀਲੇ ਦੇ ਖਿਲਾਫ ਬੋਲਦਾ ਕਦੇ ਤੂੰ ਜਾ ਕੇ ਲਾਲੀ ਦੀਆਂ ਆਈਡੀਆਂ ਤੇ ਕਮੈਂਟ ਕਰਦਾ ਕਦੇ ਤੂੰ ਫਲਾਣੇ ਦੇ ਖਿਲਾਫ ਬੋਲਦਾ ਮੈਂ ਕਦੇ ਤੂੰ ਦੁਨੀਆ ਦਾ ਤੂੰ ਸੱਚਾ ਬੰਦਾ ਹੋ ਗਿਆ ਤੂੰ ਹੈ ਕਹਿੰਦਾ ਜੀ ਮੇਰੇ ਪੇਪਰ ਬਣਾ ਕੇ ਦਿੱਤੇ ਹੀ ਇਹਨਾਂ ਨੇ ਇੱਕ ਦਾ ਕੀਤੀ ਫਲਾਣੀ ਪੈਸੇ ਲਈ ਹਾਂ ਕੀਤਾ ਹੀ ਇੱਥੇ ਆਇਆ ਸੀ ਤੂੰ 50 ਦੁਨੀਆ ਆਉਂਦੀ ਆ 50 ਕੰਮ ਕਰਾਉਂਦੇ ਆ ਡਰਦੇ ਥੋੜੀ ਆ ਸਾਲਾ 2 ਨੰਬਰ ਦੇ ਕੰਮ ਹੀ ਕੀਤੇ ਤੂੰ ਵੱਡਾ ਤੂੰ ਨੇਕੀ ਦਾ ਚਮਚਾ ਜਿੱਦਾਂ ਦਾ ਨੇਕੀ ਉਦਾਂ ਦਾ ਤੂੰ ਆ ਦੇ ਤੂੰ ਅਸੀਂ ਮੈਂ ਇਕਮਤ ਨੂੰ ਦੱਸਦਾ ਤੈਨੂੰ ਖੁੱਲ ਕੇ ਦੱਸਦਾ ਤੈਨੂੰ ਮੈਂ ਅੱਜ ਤਾਈਂ ਕਿਸੇ ਦੇ ਖਿਲਾਫ ਵੀਡੀਓ ਨਹੀਂ ਪਾਈ ਆ ਨੇਕੀ ਦਾ ਚਮਚਾ ਖਿੰਦਾ ਸੁਖਪਾਲ ਕਹਿੰਦਾ ਅਸਟਰੀਆ ਬਿਆਨਾ ਅਸਟਰੀਆ ਬਿਆਨਾ ਇਹਨੇ ਮੇਰੇ ਤੇ ਸਟਾਰਟਿੰਗ ਵਿੱਚ ਪੋਸਟ ਬਾਈ ਮੈਂ ਇਹਦੇ ਖਿਲਾਫ ਨਹੀਂ ਅੱਜ ਤੇ ਬੋਲਿਆ ਕਦੇ ਜ਼ਿੰਦਗੀ ਜੀ ਨਹੀਂ ਬੋਲਿਆ ਇਹਨੇ ਜਦੋਂ ਲਾਈਵ ਹੋਣਾ ਮੈਨੂੰ ਜੀ સેવા ਸ਼ੁਰੂ ਕਰ ਲਈ ਇਹ ਫਲਾਣਾ ਸ਼ੁਰੂ ਕਰ ਲਿਆ ਇਹ ਇਦਾਂ ਸ਼ੁਰੂ ਕਰ ਲਿਆ ਭਈਆਂ ਆਲੇ ਪਰਨੇ ਤਾਂ ਤੂੰ ਬੰਦ ਆਂ ਹੈਂ ਗੱਲ ਕਰਦਾ ਆਂ ਤੂੰ ਇਹ ਚੀਵਾ ਜੜੂ ਗਈ ਤੇ ਤਾਂ ਮੈਂ 6 ਮਹੀਨੇ ਪੋਸਟ ਨਹੀਂ ਪਾਈ ਫੇਰ ਤੂੰ ਚਾਕੇ ਭਾਜੀ ਨੂੰ ਇੰਡੀਆ ਮੈਸੇਜ ਮਾਰਨਾ ਪਿਆ ਜਗਦੀਪ ਥੜੀ ਨੂੰ ਮਾਰ ਲਿਆ ਪਿਆ ਫਲਾਣਾ ਨੂੰ ਮਾਰ ਲਿਆ ਪਿਆ ਐਡਾ ਹੁੰਦਾ ਬਾਬੇ ਦੇ ਪੈੜਾਂ 'ਚ ਬਹਿ ਜਾਣਾ ਸੀ ਬਾਬੇ ਦੇ ਫਲਾਣਾ ਬਹਿ ਜਾਣਾ ਸੀ ਤੈਨੂੰ ਪੈਰਾਂ 'ਚ ਨਹੀਂ ਤੈਨੂੰ ਸੜਾ ਧਰਤੀ 'ਚ ਬਿਠਾਵਾਂਗੇ ਤੈਨੂੰ ਵੱਡਾ ਬਣਿਆ ਫਿਰਦਾ ਆ ਇੱਥੇ ਬੋਲਣ ਵਾਲਾ ਮੈਂ ਤਾਂ ਕਹਿੰਦਾ ਯਾਰ ਇਸ ਟਰੀਆ ਦੇ ਵਿੱਚ ਯਾਰ ਇਦਾਂ ਦਾ ਕੰਜਰ ਬੰਦਾ ਜਿਹੜਾ ਆਪਣੀ ਫੇਸਬੁੱਕ ਦੇ ਉੱਤੇ 1.5 150 ਫੋਟੋ ਰੋਜ਼ ਦੀ ਨੇਕੀ ਦੀ ਪਾਉਂਦਾ ਆ ਸ਼ਰਮ ਵਾਲੀ ਗੱਲ ਆ ਜਿਹਨੇ ਸਾਡੇ ਗੁਰੂਆਂ ਦੇ ਖਿਲਾਫ ਬੋਲਿਆ ਜਿਹਨੇ ਕਿਸਾਨ ਵੀਰ ਜਿੰਨੇ ਧਰਨੇ 'ਚ ਬੈਠੇ ਉਹਨਾਂ ਦੇ ਖਿਲਾਫ ਬੋਲਿਆ ਵੀਡੀਓ ਨੂੰ ਯਾਰ ਸ਼ੇਅਰ ਕਰੋ ਜਿਹਨੇ ਕਿਸਾਨ ਧਰਨੇ ਦੇ ਬੈਠੇ ਉਹਦੇ ਖਿਲਾਫ ਬੋਲਿਆ ਨੇਕੀ ਹੈ ਉਹਦਾਂ ਦਾ ਤੂੰ ਕੀ ਪੋਸਟਾਂ ਪਾਉਣਾ ਤੂੰ ਉੱਤੇ ਫੇਸਬੁੱਕ ਤੇ ਹੈ ਕੀ ਪੋਸਟਾਂ ਪੋਣਾ ਆ ਤੂੰ ਫੇਸਬੁੱਕ ਤੇ ਅੱਜ ਸਵੇਰੇ ਕਿਸੇ ਨੂੰ ਮੈਸੇਜ ਕਰਕੇ ਕਹਿੰਦਾ ਜੀ ਤੁਸ਼ੀ ਆ ਪੋਸਟ ਦਾ ਮਤਵਲ ਦੱਸੋ ਮੈਂ ਦੱਸਦਾ ਜਿਹਨੇ ਲੈਣਾ ਮੇਤੋ ਲਓ ਮਤਵਲ ਮੈਂ ਦਿੰਨਾ ਮਤਵਲ ਤੁਹਾਨੂੰ ਨੇਕੀ ਦਾ ਚੇਲਾ ਆ ਤੇ ਚੇਲਾ ਆ ਤੇਰੇ ਉਸਤਾਦ ਦੇ ਪਈਆਂ ਠੀਕ ਆ ਵੱਡਾ ਬਣਿਆ ਫਿਰਦਾ ਤੂੰ ਮੈਂ ਨਹੀਂ ਡਰਦਾ ਪ੍ਰਮਾਤਮਾ ਬੈਠਣਾ ਲਾਵੇ ਕਿਸੇ ਦੀ ਉਦਾਂ ਨਹੀਂ ਲੱਗਦੀ ਤੇਰੇ ਵਰਗੇ ਭੌਂਕੜਾਂ ਕਰਕੇ ਮੈਨੂੰ ਸ਼ਰਮ ਆ ਤੂੰ ਆ ਆ ਆ ਟਿਕਟੌਕ ਤੇ ਵੀਡੀਓ ਇਜ ਐਦਾਂ ਫਲਾਣਾ ਆਂ ਤੂੰ ਪਾਉਣ ਰਿਆ ਨਾ ਆ ਆ ਦਿਖਾਉਣਾ ਮੈਂ ਇਹਦੀ ਇਹਦੀਆਂ ਕਰਤੂਤਾਂ ਕਰਤੂਤਾਂ ਦਿਖਾਉਣਾ ਇਹਦੀਆਂ ਹੈ ਟਿਕ ਟੌਕ ਦੀਆਂ ਵੀਡੀਓ ਪਾਉਂਦਾ ਉਹਦੀਆਂ ਹੈ ਸ਼ਰਮ ਕਰ ਆ ਦੇ ਨੇਕੀ ਦੀਆਂ ਨੇਕੀ ਦੀਆਂ ਆ ਵੀਡੀਓ ਪਾਉਂਦਾ ਵਾ ਕਿ ਜਿਹੜਾ ਮੂਹ ਨੂੰ ਨਹੀਂ ਲਾਉਂਦਾ ਉਹਨੂੰ ਪਰਖੇ ਤੋਂ ਬਿਨਾ ਛੱਡ ਨਹੀਂ ਸਕਦਾ ਤੂੰ ਨੇਕੀ ਦਾ ਬਹੁਤ ਵੱਡਾ ਸਪੋਰਟਰ ਹੈ ਨਾ ਨੇਕੀ ਨੇ ਬੰਦਿਆਂ ਵਾਲੇ ਕੰਮ ਕੀਤੇ ਆ ਤੂੰ ਪਹਿਲਾਂ 10 ਬੰਦਿਆਂ ਵਾਲੇ ਕੰਮ ਕੀਤੇ ਉਹਨੇ ਹੈ ਨੇਕੀ ਨੇ ਕੋਈ ਬੰਦਿਆਂ ਵਾਲੇ ਕੰਮ ਕੀਤੇ ਆ ਜੇ ਬੰਦਿਆਂ ਵਾਲੇ ਕੰਮ ਕੀਤੇ ਆ ਤਾਂ ਤੂੰ ਦੱਸ ਮੈਨੂੰ ਮੈਂ ਤਾਂ ਕਹਿੰਦਾ ਸਟਰੀਆ ਵਾਲੇ ਧਾਨਿਆਂ ਯਾਰ ਤੁਸੀਂ ਇਦਾਂ ਦਾ ਇੱਕ ਕੰਜਰ ਲਈ ਫਿਰਦੇ ਆ ਇੱਥੇ ਬਿਆਹਨਾ ਦੇ ਵਿੱਚ ਕਦੇ ਕਹੇ ਦੀ ਫੇਸਬੁੱਕ ਆਈਡੀ ਤੇ ਜਾ ਕੇ ਕਮੈਂਟ ਕਰਦਾ ਕਦੇ ਨੇਕੀ ਦੀਆਂ ਵੱਡਾ ਨੇਕੀ ਦਾ ਚਮਚਾ ਮੇਰੀਆਂ ਪ੍ਰਾਣੀਆਂ ਵੀਡੀਓ ਕੱਢਦਾ ਉਹ ਮੈਂ ਮੈਂ ਤੇਰੇ ਤੋਂ ਡਰਦਾ ਨਾਗਾ ਆ ਆ ਸ਼ਕਲ ਇਹਦੀ ਜੇ ਜੱਟ ਦਾ ਪੁੱਤ ਹੈ ਨਾ ਮੈਂ ਪੁੱਤ ਮੈਂ ਤੇਰੇ ਵਾਂਗੂ ਨਾਗਾ ਇਕੱਲੀ ਵੀਡੀਓ ਦਾ ਜਵਾਬ ਦਊਂਗਾ ਮੈਂ ਹੈ ਹੋਰ ਵੀ ਲਿਆ ਜਿਹਨਾਂ ਨਾਲ ਲੈ ਕੇ ਆਣਾ ਕਿਸੇ ਨੂੰ ਨਹੀਂ ਲੈ ਕੇ ਆਉਂਦਾ ਜਵਾਬ ਆਉਂਦਾ ਅੱਗੇ ਤੇਰੇ ਭਰਾ ਨੇ ਮੈਨੂੰ ਰੋਗ ਛੱਡਿਆ ਸੀ ਤੇਰੇ ਪਿੰਡ ਦੇ ਨੇ ਕਿਹਾ ਸੀ ਯਾਰ ਨਹੀਂ ਵੀਡੀਓ ਪਾਣੀ ਮੁੰਡੇ ਦੇ ਖਲਾਬ ਪਰ ਤੇ ਇਕੱਲੀ ਇਕੱਲੀ ਵੀਡੀਓ ਜਵਾਬ ਦਊਂਗਾ ਜੇ ਜੱਟ ਦਾ ਪੁੱਤ ਹੈ ਨਾ ਬਲੌਗ ਨਾ ਕਾ ਕਰ ਜੀ ਆ ਜੀ ਵਾਈ ਗੁਰਜੀ ਦਾ ਖਾਲਸਾ ਹੈ ਪ੍ਰਾਣੀਆਂ ਮੇਰੀਆਂ ਵੀਡੀਓ ਕੱਢ-ਕੱਢ ਲੱਗਾ ਹੋਇਆ ਹੈ ਬੰਦਾ ਹੱਦ ਹੁੰਦੀ ਤੇਰੇ ਵਾਲੀ ਹੈ ਤੈਨੂੰ 6 ਮਹੀਨਿਆਂ ਤੋਂ ਤੈਨੂੰ ਹਰ ਇੱਕ ਬੰਦਾ ਜਰੀ ਜਾਂਦਾ ਆ ਚੁੱਪ ਕਰਕੇ ਤੈਨੂੰ ਸੁਣੀ ਜਾਂਦਾ ਤੈਨੂੰ ਡੈ ਨੇਕੀ ਦਾ ਚਮਚਾ ਆ ਤਾਂ ਤੂੰ ਨਿਊਜ਼ੀਲੈਂਡ ਚਲ ਜਾ ਹੈ ਤੂੰ ਕੀ ਪੋਸਟ ਪਾਈ ਅਹੀਂ ਪੋਸਟ ਇਹ ਪਾਈ ਕਿ ਨੇਕੀ ਨੂੰ ਸੋਦਾ ਲੱਗਾ ਤੈਨੂੰ ਬੜੀਆਂ ਮਿਰਚਾਂ ਲੱਗੀਆਂ ਹੈ ਤੈਨੂੰ ਬੜੀਆਂ ਮਿਰਚਾਂ ਲੱਗੀਆਂ ਤੈਨੂੰ ਹੈ ਲੋਕਡਾਊਨ ਲੱਗਾ ਤੇ ਹੈ ਤੈਨੂੰ ਬੜੀਆਂ ਮਿਰਚਾਂ ਲੱਗੀਆਂ ਅਦਾ ਸ਼ਰਿਹ ਆਮ ਆਈਡੀ ਖੋਲ ਕੇ ਘੁੰਮਦੇ ਆ ਆ ਦੇ ਹਾਂ ਪਰ ਕੰਮ ਫੇਰ ਨਹੀਂ ਸੈਟ ਆਇਆ ਸਹੀ ਗੱਲ ਪਰ ਸੈਟ ਕਿਦਾਂ ਹੋਗਾ ਹਾਂ ਜਿਹੜੇ ਕੱਟੇ ਬੋਲਦੇ ਨੇ ਯੰਟੀਆਂ ਕੀਤੀਆਂ ਮਾਂ ਤੇ ਮਾਂ ਲੋਕਾਂ ਕਿਹੜੇ ਪਹਿਲੇ ਰਵੀ ਸ਼ਾਹ ਕਾ ਕੰਮ ਕਿੱਥੋਂ ਸੈਟ ਆ ਜਾਊਗਾ ਜਿੱਨਾ ਕਦੇ ਨਹੀਂ